ਸਾਡੇ ਨਾਲ ਪੰਜਾਬੀ ਗਾਇਕ ਇਸ ਸਮੇਂ ਫੋਨ ਲਾਈਨ ਦੇ ਉੱਤੇ ਜੁੜ ਰਹੇ ਨੇ ਰਮੀ ਰੰਧਾਵਾ। ਰਮੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਤੇ। ਸਵਾਲ ਸਿੱਧਾ ਜਿਹਾ, ਤੁਹਾਨੂੰ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਦਾ ਫੈਸਲਾ ਕਿਸ ਤਰੀਕੇ ਨਾਲ ਤੁਸੀਂ ਇਸ ਨੂੰ ਦੇਖ ਰਹੇ ਹੋ, ਤੁਹਾਡਾ ਫਸਟ ਰਿਐਕਸ਼ਨ? ਡੀਜੇ ਦੇ ਉੱਤੇ ਨਾ ਹਥਿਆਰਾਂ ਵਾਲੇ ਗਾਣੇ, ਨਾ ਕੋਈ ਨਸ਼ੇ ਨੂੰ ਪ੍ਰਮੋਟ ਕਰਨ ਵਾਲਾ, ਚਾਹੇ ਉਹ ਸ਼ਰਾਬੀ ਹੋਵੇ ਜਾਂ ਫਿਰ ਕੋਈ ਅਸ਼ਲੀਲਤਾ ਵਾਲਾ ਗਾਣਾ, ਹੁਣ ਨਾ ਵਜਾਇਆ ਜਾਵੇ, ਨਾ ਵੱਜੇ, ਇਸ ਨੂੰ ਲੈ ਕੇ ਆਰਡਰ ਜਾਰੀ ਕੀਤੇ ਗਏ ਨੇ। ਕਿਉਂਕਿ ਹਰ ਚੀਜ਼ ਦੀ ਹਰ ਤਰੀਕੇ ਨਾਲ ਸਮੇਂ ਦੀ ਲੋੜ ਪੈਂਦੀ ਹੈ ਨਾ, ਤੇ ਸਾਰੇ ਸਾਡੀ ਪਰਿਵਾਰ ਦੀ ਸ਼ੁਰੂ ਤੋਂ ਕੋਸ਼ਿਸ਼ ਰਹੀ ਹੈ ਕਿ ਆਪਾਂ ਸੱਭਿਆਚਾਰ ਜਾਂ ਵਿਰਸੇ ਦੀ ਗੱਲ ਕਰੀਏ। ਤੇ ਮੈਨੂੰ ਲੱਗਦਾ ਕਿ ਜਿਹੜਾ ਹੁਣ ਜਿਹੜਾ ਸਮਾਂ ਚੱਲ ਰਿਹਾ ਹੈ ਨਾ, ਕੋਈ ਆਪਣੇ ਸੱਭਿਆਚਾਰ ਜਾਂ ਵਿਰਸੇ ਨਾਲ ਇਹਦਾ ਕੋਈ ਵੀ ਸਰੋਤ ਜੁੜਦਾ ਨਹੀਂ ਆ। ਤੇ ਚਾਹੀਦਾ ਕਿ ਜਿੰਨੇ ਵੀ ਕਲਾਕਾਰ, ਮੈਂ ਹਮੇਸ਼ਾ ਅਪੀਲ ਕੀਤੀ ਸਾਡੇ ਭਰਾ ਨੇ ਜਿੰਨੇ ਵੀ ਚਾਹੁੰਦੇ ਨੇ ਫੀਲਡ ਦੇ ਵਿੱਚ ਵਧੀਆ ਸਿੱਖ ਕੇ ਵਧੀਆ ਤਰੀਕੇ ਨਾਲ ਉਹ ਹੈ ਨਾ, ਤੇ ਉਹ ਚੀਜ਼ ਲੌਂਗ ਟਾਈਮ ਚੱਲੇਗੀ। ਤੇ ਆਪਾਂ ਹਰ ਚੀਜ਼ ਸਮੇਂ ਨਾਲ ਹਰ ਚੀਜ਼ ਸੋਹਣੀ ਲੱਗਦੀ ਆ, ਇਹ ਚੀਜ਼ਾਂ ਕੁਝ ਟਾਈਮ ਲਈ ਨੇ। ਜਾਂ ਸਾਡਾ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਾਂ, ਜਿਹੜੀ ਪੀੜ੍ਹੀਆਂ ਨੇ, ਆਪਾਂ ਨੂੰ ਵਧੀਆ ਤਰੀਕੇ ਨਾਲ ਵਧੀਆ ਸਿੱਖਿਆ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਜਿਹੜੇ ਆਗੂ ਉਹਨਾਂ ਦੇ ਖੜਨੇ, ਅੱਗੇ ਜਿਹੜੇ ਵਧਣਗੇ ਆਗੂ ਉਹਨਾਂ ਦੇ, ਉਹ ਕਿਹੜੇ ਤਰੀਕੇ ਦੇ ਟੋਪਿਕ ਰੱਖਦੇ ਨੇ। ਤੇ ਕਿਉਂਕਿ ਜਦੋਂ ਆਪਾਂ ਲੱਚਰਤਾ ਜਾਂ ਜ਼ਿਆਦਾ ਨਸ਼ੇ ਵਾਲੀਆਂ ਗੱਲਾਂ ਜਾਂ ਨੰਗੇਜ ਆਪਾਂ ਵੈਸਟਰਨ ਨੂੰ ਪ੍ਰਮੋਟ ਕਰਦੇ ਹਾਂ, ਹੈ ਨਾ, ਤੇ ਫਿਰ ਜਿਹੜੇ ਸਾਡੇ ਦਾਦਿਆਂ ਪੜਦਾਦਿਆਂ ਦੇ ਜਿਹੜੇ ਬਜ਼ੁਰਗਾਂ ਦੀਆਂ ਵਿਰਾਸਤਾਂ ਨੇ, ਹੈ ਨਾ, ਉਹ ਕਿਤੇ ਪਿੱਛੇ ਰਹਿ ਜਾਂਦੀਆਂ ਨੇ। ਕਿਉਂਕਿ ਆਪਾਂ ਅਮੈਰੀਕਨ ਲੈਹੋ ਚਾਹੇ ਜਿਹੜੀ ਇਹਨਾਂ ਦੀਆਂ ਸਭਿਅਤਾਵਾਂ ਚੁੱਕ ਕੇ ਆਪਾਂ ਇੱਧਰ ਫਰਮਾ ਰਹੇ ਹਾਂ, ਸਾਨੂੰ ਲੋੜ ਹੈ ਸਾਡੇ ਪਹਿਰਾਵੇ ਨੂੰ, ਸਾਡੇ ਵਿਰਸੇ ਨੂੰ, ਸਾਡੇ ਯੋਧਿਆਂ ਨੂੰ, ਸੂਰਬੀਰਾਂ ਨੂੰ ਪ੍ਰਮੋਟ ਕਰਨ ਦਾ ਇਹ ਵਕਤ ਆ। ਡਾਊਨਲੋਡ ਕਰਦੇ ਹਾਂ, ਉੱਥੇ ਵੀ ਅਵੇਲੇਬਲ ਹੈਗੇ ਨੇ, ਯੂਟਿਊਬ ਤੇ ਵੀ ਅਵੇਲੇਬਲ ਹੈਗੇ ਨੇ। ਤਾਂ ਲੱਗਦਾ ਕਿ ਸਿਰਫ ਡੀਜੇ ਦੇ ਉੱਤੇ ਜੇ ਗਾਣੇ ਨਾ ਵੱਜੇ ਹਥਿਆਰਾਂ ਵਾਲੇ, ਤਾਂ ਫਿਰ ਆਪਾਂ ਉਸ ਪੂਰੇ ਦੌਰ ਦੇ ਵਿੱਚੋਂ ਨੌਜਵਾਨਾਂ ਨੂੰ, ਸਿੰਗਰਾਂ ਨੂੰ ਕੱਢ ਕੇ ਲੈ ਆ ਸਕਦੇ ਹਾਂ। ਸਰਕਾਰ ਦਾ ਫੈਸਲਾ ਇਹ ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਪੈਰਲਰ ਬਾਕੀ ਚੀਜ਼ਾਂ ਦੇ ਉੱਤੇ ਵੀ ਪਾਬੰਦੀ ਲੱਗੇ? ਨਹੀਂ ਜੀ, ਇਕੱਲੇ ਡੀਜੇ ਨੇ ਵਜਾਉਣ ਨਾਲ ਥੋੜਾ ਕੁਝ ਹੋਏਗਾ। ਡੀਜਿਆਂ ਦੇ ਇੱਥੇ ਕਈ ਵਾਰਦਾਤ ਐਸੀਆਂ ਹੋਈਆਂ ਜਿਹੜੀਆਂ ਕਿ ਢੋਲ ਦੇ ਉੱਤੇ ਹੋ ਗਈਆਂ ਨੇ, ਹਨਾ, ਮੈਂ ਉਹ ਨਹੀਂ ਕਹਿੰਦਾ। ਇਹ ਜਿਹੜੀ ਵਾਰਦਾਤ ਆ, ਆਪਾਂ ਡੀਜੇ ਅੱਜ ਕੱਲ੍ਹ ਡੀਜੇ ਨਾਲ ਥੋੜਾ ਚੀਜ਼ ਹੋਏਗੀ, ਇਹ ਸਾਨੂੰ ਸਾਰਾ ਹੀ ਇਹਦੇ ਜੜਾਂ ਤੋਂ ਇਹਨਾਂ ਨੂੰ ਨੱਪਣਾ ਪਊਗਾ। ਜਿਹੜੀ ਜਿਸ ਤਰ੍ਹਾਂ ਹੁਣ ਮੰਨ ਲਓ ਕਿ ਯੂਟਿਊਬ ਨੇ ਕੰਟੈਂਟ ਕਈ ਇੱਥੇ ਆਪਣਾ ਕਈ ਹਾਈਡ ਕਰ ਦਿੱਤੇ, ਹੈ ਨਾ, ਯੂਟਿਊਬ ਦੇ ਉੱਤੇ ਅੱਜ ਮੈਂ ਕਈ ਵੀਡੀਓ ਵੇਖਣਾ ਕਿ ਕਈ ਮੁੱਦਿਆਂ ਦੇ ਉੱਤੇ ਜਦੋਂ 4 ਦਿਨ 5 ਦਿਨ ਨਹੀਂ ਪੈਂਦੇ ਉਹ ਵੀਡੀਓ ਡਿਲੀਟ ਕਰ ਦਿੱਤੀ ਜਾਂਦੀ ਹੈ ਸਰਕਾਰਾਂ ਵੱਲੋਂ, ਹੈ ਨਾ, ਟਿਕਟੌਕ ਤੋਂ ਲਾ ਲਓ, ਕਿ ਜਦੋਂ ਇਹ ਸਾਨੂੰ ਚੀਜ਼ ਜਿਹੜੀ ਹਾਨੀ ਪਹੁੰਚਾ ਰਹੀ ਹੈ ਜਾਂ ਕੁਝ ਵੀ ਹੈ ਸਰਕਾਰ ਨੂੰ, ਉੱਥੋਂ ਚੀਜ਼ਾਂ ਛੋ, ਜਿਹੜਾ ਅੱਜ ਹੈ ਜੋ ਦੌਰ ਹੈ ਨਾ, ਇਹ ਨੈਟਫਲਿਕਸ ਵਰਗੀਆਂ ਜਿਹੜੀਆਂ ਚੀਜ਼ਾਂ ਦਾ ਉਹਨਾਂ ਦਾ ਦੌਰ ਹੈ, ਹੈ ਨਾ, ਚੱਲ ਰਿਹਾ ਵਰਲਡ ਦੇ ਉੱਤੇ, ਤੁਸੀਂ ਦੇਖਦੇ ਹੋ ਰੋਜ਼। ਬਿਲਕੁਲ, ਸਾਨੂੰ ਇਹਨਾਂ ਚੀਜ਼ਾਂ ਦਾ ਜਿਹੜੇ ਕੰਟੈਂਟ ਪਾਉਣ ਦਾ ਤਰੀਕਾ ਉਹ ਆਪਾਂ ਨੂੰ ਬਦਲਣਾ ਪਵੇਗਾ। ਪਰ ਉਹ ਜੇ ਆਪਾਂ ਹੁਣ ਯੂਟਿਊਬ ਦੀ ਗੱਲ ਆ ਗਈ, ਹੈ ਨਾ, ਯੂਟਿਊਬ ਤੋਂ ਪਹਿਲਾਂ ਜਿੱਦਾਂ ਹੁਣ ਸਿਨੇਮਿਆਂ 'ਚ ਫਿਲਮਾਂ ਲੱਗਦੀਆਂ ਨੇ, ਉਦੋਂ ਸੈਂਸਰ ਬੋਰਡ, ਹੁਣ ਯੂਟਿਊਬ 'ਤੇ ਕੋਈ ਸੈਂਸਰ ਬੋਰਡ ਨਹੀਂ ਹੈ, ਸਮਝ ਰਹੇ ਹੋ ਤੁਸੀਂ? ਆਪਾਂ ਇਹ ਚੀਜ਼ਾਂ ਨੂੰ ਇਹ ਵੇਖਣ ਦੀ ਲੋੜ ਆ ਕਿ ਆਪਾਂ ਉੱਥੋਂ ਮੋੜ ਨੂੰ ਫੜੀ, ਇਕੱਲੇ ਡੀਜੇ 'ਤੇ ਗਾਣੇ ਬੰਦ ਕਰਨਾ ਥੋੜਾ ਕੁਝ ਹੋ ਜਾਊਗਾ। ਅੱਛਾ, ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਦੁਬਾਰਾ ਸੋਚਣਾ ਚਾਹੀਦਾ ਡੀਜੇ ਵਾਲੇ ਸਟੇਟਮੈਂਟ ਦੇ ਉੱਪਰ, ਜਾਂ ਫਿਰ ਤੁਹਾਨੂੰ ਲੱਗਦਾ ਕਿ ਪੈਰਲਰ ਅਗਲਾ ਸਟੈਪ ਵੀ ਚੁੱਕੇ ਕਿ ਜਿਹੜੇ ਹੋਰ ਪਲੇਟਫਾਰਮਸ ਨੇ ਉਹਨਾਂ ਨੂੰ ਲੈ ਕੇ ਵੀ ਸਖਤੀ ਕੀਤੀ ਜਾਵੇ? ਮੈਂ ਤੁਹਾਨੂੰ ਇਹ ਗੱਲ ਦੱਸਾਂ, ਹੁਣ ਤੁਸੀਂ ਅੱਜ ਆਪਾਂ ਭੰਗੜਾ ਵੇਹਨੇ ਨਾ, ਕਿੱਦਾਂ ਵੇਹਨੇ ਆ, ਹੈਨਾ, ਅਸੀਂ ਕਾਲਜ ਯੂਨੀਵਰਸਿਟੀਆਂ ਚੋਂ ਨਿਕਲੇ ਆਪਾਂ, ਇਹ ਇਹ ਸਾਡਾ ਪੰਜਾਬ ਦਾ ਲੋਕ ਨਾਚ ਆ, ਹੈਨਾ, ਪਰ ਅੱਜ ਕੀ ਹੋ ਗਿਆ ਕਿ ਡੀਜੇ ਉੱਤੇ ਆਪਾਂ ਜਦੋਂ ਸਾਡੇ ਜਿਹੜੀਆਂ ਪੰਜਾਬ ਦੀਆਂ ਧੀਆਂ ਨੇ ਜਦੋਂ ਉਸ ਤਰੀਕੇ ਨਾਲ ਨੱਚਦੀਆਂ, ਚਾਹੇ ਰੋਜੀ ਰੋਟੀ ਵੀ ਨੱਚਦੀਆਂ ਨੇ, ਹੈਨਾ, ਮਜ਼ਬੂਰੀ ਨਾਲ ਨੱਚਦੀਆਂ ਨੇ, ਇਹ ਗੱਲ ਹੈ ਕਿ ਕਿਤੇ ਨਾ ਕਿਤੇ ਹਰਿਆਣਾ ਵੀ ਡਾਂਸ ਹੈ, ਉਹਨਾਂ ਦੇ ਕਲਚਰ ਕਿੱਦਾਂ ਦਾ, ਸਾਡਾ ਇਹ ਉਹ ਹਰ ਪ੍ਰਭਾਵ ਪੈਂਦਾ ਹੀ ਪੈਂਦਾ ਹੈ, ਇਸ ਚੀਜ਼ ਨੂੰ ਵੇਖ ਕੇ ਹੀ ਕਰਦੇ ਨੇ ਸਾਰੇ। ਇਹ ਇਕੱਲੀਆਂ ਚੀਜ਼ਾਂ ਯੂਨੀਵਰਸਿਟੀਆਂ ਚ ਬੈਠੇ ਹੋਏ ਨਾ, ਤੇ ਉਹ ਕਹਿੰਦੇ ਜੀ ਅਸੀਂ ਗਿੱਧਾ ਲੈਣਾ ਹੀ ਨਹੀਂ ਹੈ, ਵੀ ਕਲਚਰਾਂ ਦਾ, ਕਿਉਂਕਿ ਠੀਕ ਹੈ ਰਮੀ ਜੀ, ਲੱਗ ਰਿਹਾ ਥੋੜ੍ਹੇ ਨੈਟਵਰਕ ਦਾ ਵੀ ਇਸ਼ੂ ਹੈ, ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ। ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ। ਉਮੀਦ ਕਰਦੇ ਹਾਂ ਕਿ ਤੁਹਾਡੀ ਜਿਹੜੀ ਗੱਲ ਹੈ ਉਹ ਲੋਕਾਂ ਤੱਕ ਵੀ ਪਹੁੰਚੇ, ਕਲਾਕਾਰਾਂ ਤੱਕ ਵੀ ਪਹੁੰਚੇ, ਅਤੇ ਸਰਕਾਰ ਦੇ ਨੁਮਾਇੰਦਿਆਂ ਤੱਕ ਵੀ ਪਹੁੰਚੇ, ਤਾਂ ਕਿ ਇਹ ਚੀਜ਼ਾਂ ਕਲੀਅਰ ਹੋ ਸਕਣ ਕਿ ਆਖਿਰ ਇਸ ਸਮੇਂ ਸਿਚੁਏਸ਼ਨ ਬਣ ਕੇ ਰਹੀ ਹੈ, ਕਿ ਜੇ ਵਾਕਈ ਲੱਗ ਰਿਹਾ ਸਾਨੂੰ